ਸਤਿ ਸ੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ, ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀ ਵੀਡੀਓ 'ਚ ਫਿਰ ਗੱਲ ਜੌਂਡੀਅਰ ਦੀ ਲੱਗੇ ਕਰਨ। ਬਿਲਕੁਲ ਸਖ਼ਤ ਖੇਤ ਦੇ ਵਿੱਚ ਟਰੈਕਟਰ ਲਿਆਂਦਾ ਵਾ, ਜੈੱਕ ਉਤਾਰ ਕੇ ਗਾੜੀ ਟੰਗ ਦਿੱਤੇ ਗਏ ਆ। ਹੱਲਾਂ ਉਹੀ ਸਾਡੀਆਂ 7 ਕੁਇੰਟਲ ਦੀਆਂ, ਕਿਉਂਕਿ ਕਈਆਂ ਨੇ ਇਹ ਵੀ ਕਮੈਂਟ ਕਰਨਾ ਵੀ ਹੱਲਾਂ ਹੋਲੀਆਂ ਵਾ ਤਾਂ ਚੱਲੀ ਜਾਣ ਡਿਆ ਟਰੈਕਟਰ। ਪਰ ਆਪਾਂ ਪੈਲੀ ਦੇ ਵਿੱਚ ਟਾਇਰਾਂ ਦੀ ਸਲਿਪਿੰਗ ਵਿਖਾਲਦੇ, ਨਾ ਕਿ ਟਰੈਕਟਰ ਹੱਲਾਂ ਖਿੱਚਣ ਦੀ। ਕਈ ਭਰਾ ਬੜੇ ਕਮੈਂਟ ਕਰਦੇ ਆ, ਇੱਦਾਂ ਕਿੰਨਾ ਚਿਰ 'ਚ ਖੇਤ ਵਾਹੂਗਾ, ਤੁਰਨ 'ਤੇ ਡਿਆ ਨਹੀਂ, ਆਪਾਂ ਤੋਰ ਕੇ ਨਹੀਂ ਵਿਖਾਲਦੇ, ਵਿਖਾ ਲੈਂਦੇ, ਸਲਿਪਿੰਗ ਕਿੰਨੀ ਲਾਉਣ ਡਿਆ ਟਰੈਕਟਰ, ਕਿਹੜੇ ਗੇਅਰ 'ਚ ਲਾਉਣ ਡਿਆ, ਕਿੰਨੇ ਆਰਪੀਐਮ 'ਤੇ ਲਾਉਣ ਡਿਆ। ਔਰ ਦੂਸਰੀ ਗੱਲ, ਅੱਜ ਆਰਪੀਐਮ ਵੀ ਚੈੱਕ ਕਰਾਵਾਂਗੇ ਨਾਲ ਇਸੇ ਵੀਡੀਓ 'ਚ। 2000 ਤੋਂ ਥੱਲੇ ਆਰਪੀਐਮ 'ਤੇ ਟਰੈਕਟਰ ਚਲਾਵਾਂਗੇ, ਉੱਤੇ ਨਹੀਂ ਚਲਾਵਾਂਗੇ। ਔਰ ਮੋਡੀਫਿਕੇਸ਼ਨ ਹਰ ਵਾਰ ਦੀ ਤਰ੍ਹਾਂ ਫੁੱਲ ਮੋਡੀਫਿਕੇਸ਼ਨ ਹੋਈ ਆ, ਕੋਈ ਆਫ ਮੋਡੀਫਿਕੇਸ਼ਨ ਨਹੀਂ ਹੋਈ। ਬਿਨਾਂ ਸਮੋਕ ਪਾਵਰ ਟਰੈਕਟਰ ਆਪਣੀ ਵਿਖਾਏਗਾ, ਦੂਜੇ ਬੀ 'ਚ, ਸੀ 'ਚ, 1D 'ਚ ਅਤੇ 3 ਸੀ 'ਚ ਇਸੇ ਖੇਤ ਦੇ ਵਿੱਚ ਕਰਾਉਂਦੇ ਹਾਂ ਚੈੱਕ। ਪਰ ਉਹ ਤੋਂ ਪਹਿਲਾਂ ਸਰਪੰਚ ਸਾਹਿਬ ਨਾਲ ਗੱਲ ਕਰਾਉਣੀ, ਜਿਹੜੇ ਇਹਨਾਂ ਦੇ ਇਲਾਕੇ ਦੇ ਟਰੈਕਟਰ ਕੀਤੇ, ਕਿੰਨਾ ਕਿੰਨਾ ਟਾਈਮ ਹੋਇਆ ਕੀਤੇ ਨੂੰ, ਕਿਵੇਂ ਦੇ ਟਰੈਕਟਰ ਚੱਲ ਰਹੇ ਆ, ਕੋਈ ਨੁਕਸ ਪਿਆ ਜਾਂ ਨਹੀਂ ਪਿਆ, ਜੇ ਉਹਨਾਂ ਨੂੰ ਟਾਈਮ ਹੋਇਆ ਤਾਂ ਕਿੰਨਾ ਕਿੰਨਾ ਹੋਇਆ ਵਾ। ਠੀਕ ਆ ਜੀ, ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸ਼ੁਭ ਨਾਂ ਕੀ ਭਰਾ ਦਾ? ਮੇਰਾ ਨਾਂ ਸਤਨਾਮ ਸਿੰਘ। ਸਰਦਾਰ ਸਤਨਾਮ ਸਿੰਘ, ਮੌਜੂਦਾ ਸਰਪੰਚ, ਪਿੰਡ ਭਿੱਖੀਵਿੰਡ, ਤਹਿਸੀਲ ਪੱਟੀ, ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ ਸਾਹਿਬ, ਮਾਝਾ ਏਰੀਆ, ਸਾਡਾ ਆਪਣਾ ਏਰੀਆ ਕਹਿ ਸਕਦੇ ਹਾਂ। ਅਤੇ ਸਰਪੰਚ ਸਾਹਿਬ, ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਬਾਰਡਰ ਤੁਹਾਡੇ ਤੋਂ ਕਿੰਨੀ ਕੁ ਦੂਰ ਆ? ਬਾਰਡਰ 8 ਕਿਲੋਮੀਟਰ ਜੀ। ਸਿਰਫ 8 ਕਿਲੋਮੀਟਰ ਪਾਕਿਸਤਾਨ ਦਾ ਬਾਰਡਰ, ਪਾਕਿਸਤਾਨ ਦੇ ਬਿਲਕੁਲ ਨਾਲ ਆਪਾਂ, ਹੈ ਨਾ? ਅਤੇ ਸਰਪੰਚ ਸਾਹਿਬ, ਸਭ ਤੋਂ ਪਹਿਲਾਂ ਦੱਸੋ, ਜਿਹੜੇ ਆਪਾਂ ਟਰੈਕਟਰ ਤੁਹਾਡੀ ਯਾਨੀ ਕਿ ਮਿੱਤਰਤਾ ਦੇ ਵਿੱਚ ਕੀਤੇ ਆ, ਉਹਨਾਂ ਨੂੰ ਆਈਡੀਆ ਨਾਲ ਕਿੰਨਾ ਕਿੰਨਾ ਟਾਈਮ ਹੋ ਗਿਆ ਉਹ ਕੀਤੇ ਨੂੰ? ਤਕਰੀਬਨ ਜਿਹੜਾ ਟਰੈਕਟਰ ਗਿਆ ਜੀ, 2-2, 3-3, 4-4 ਸਾਲ ਹੋ ਗਏ। ਤੁਹਾਨੂੰ ਉਹਨਾਂ ਨਾਲ ਕੋਈ ਰਿਪਲੇਸਮੈਂਟ ਆਈ, ਕੋਈ ਦਿੱਕਤ ਦਾ ਸਾਹਮਣਾ ਕਰਨਾ ਪਿਆ ਵੀ ਉਹਨਾਂ ਨੂੰ? ਨਹੀਂ, ਮੈਂ ਵਾਹ ਕੇ ਵੇਖਿਆ ਜੀ। ਅੱਛਾ, ਵਾਹ ਕੇ ਵੇਖੇ ਟਰੈਕਟਰ? ਤਸੱਲੀ ਕੀਤੀ ਆ? ਤਸੱਲੀ ਕੀਤੀ ਭਰਾ ਨੇ? ਤਾਂ ਹੀ ਭਰਾ ਦਾ ਇੱਕ ਕਹਿ ਸਕਦੇ ਵੀ 0 ਮੀਟਰ ਸਪੈਸ਼ਲ ਐਡੀਸ਼ਨ ਕਰਕੇ ਘਲਾਇਆ ਆਪਦੀ, ਅੱਜ ਵੀਡੀਓ ਆਪਾਂ ਯੂਟਿਊਬ 'ਤੇ ਪਾਈ ਦੀ ਹੈ ਨਾ? ਹਾਂਜੀ ਹਾਂਜੀ। ਅਤੇ ਉਹ ਕਿਵੇਂ ਦਾ ਟਰੈਕਟਰ ਚੱਲਣ ਡਿਆ ਜਿਹੜਾ ਮੋਡੀਫਾਈ ਸਪੈਸ਼ਲ ਐਡੀਸ਼ਨ ਕਰਕੇ ਭੇਜਿਆ ਆਪਾਂ? ਬਹੁਤ ਵਧੀਆ ਜੀ, ਸਲਿਪ ਹੀ ਕਰਦਾ, ਚੱਕਰ ਤਾਂ ਕੋਈ ਤੋੜਦਾ ਨਹੀਂ। ਠੀਕ ਆ। ਅਤੇ ਇਹ ਟਰੈਕਟਰ ਤੁਸੀਂ ਅਜੇ ਵੀਡੀਓ 'ਚ ਚੱਲਦਾ ਵੇਖਿਆ, ਆਪਦੇ ਚਲਾਇਆ ਨਹੀਂ ਅੱਜ, ਹੈ ਨਾ? ਜਾਂ ਥੋੜ੍ਹਾ ਜਿਹਾ ਗੇੜਾ ਦਿੱਤਾ ਵੇਖਿਆ ਤੁਸੀਂ? ਹਾਂਜੀ। ਅਤੇ ਤੁਹਾਨੂੰ ਲੱਗਦਾ ਵੀ ਆ ਜਿੱਦਾਂ ਆਪਾਂ ਜੈੱਕ ਕੱਢਦੇ ਹੋ, ਜੇ ਸਖ਼ਤ ਥਾਂ 'ਚ ਇਹ ਟਰੈਕਟਰ ਚੱਲ ਪਾਊ ਇੱਥੇ ਕਿ ਜਾਂ ਬੰਦ ਹੋ ਜੂਗਾ? ਸਾਨੂੰ ਤਸੱਲੀ, ਅਸੀਂ ਤਾਂ ਹੀ ਤੁਹਾਡੇ ਕੋਲ ਆਏ। ਠੀਕ ਆ ਸਰਪੰਚ ਸਾਹਿਬ, ਮਿਹਰਬਾਨੀ। ਅਤੇ ਵਿਖਾਲਦੇ ਹਾਂ ਤੁਹਾਨੂੰ, ਬੜੇ ਕਮੈਂਟ ਹੁੰਦੇ ਕਿ ਫੁੱਲ ਰੇਹ ਕੀਤੀ ਆ, ਆਪਾਂ ਤੁਹਾਨੂੰ ਇੱਕ ਭਰਾ ਨੂੰ ਨਾਲ ਬਣਾਵਾਂਗੇ, 1800 RPM 'ਤੇ ਟਰੈਕਟਰ ਚਲਾਵਾਂਗੇ, ਯਾਨੀ 2000 ਤੋਂ ਥੱਲੇ ਚਲਾਵਾਂਗੇ, ਉੱਤੇ ਨਹੀਂ ਚਲਾਵਾਂਗੇ। ਠੀਕ ਆ ਜੀ, ਮਿਹਰਬਾਨੀ ਸਰਪੰਚ ਸਾਹਿਬ, ਥੈਂਕ ਯੂ। ਅਤੇ ਇੱਧਰ ਬ੍ਰਦਰ ਆਏ ਜਿਹਨਾਂ ਦਾ ਸਭ ਤੋਂ ਵੱਧ ਧੰਨਵਾਦ, ਇਹ ਭਰਾ ਸਾਡਾ, ਇੱਧਰ ਆਓ ਬਹੁਤ ਜੀ। ਸਪੈਸ਼ਲ ਐਡੀਸ਼ਨ ਉਦਣ ਕਰਕੇ ਘਲਾਇਆ ਆਪਾਂ, ਅਤੇ ਸਰਦਾਰ ਗੁਰਮੁਖ ਸਿੰਘ ਦਾ ਬੇਟਾ ਜੀ, ਸਾਂਢਪੁਰਾ। ਅੱਛਾ, ਪਿੰਡ ਸਾਂਢਪੁਰਾ ਵੀ ਸਰਪੰਚ ਸਾਹਿਬ ਭਰਾ ਦੇ ਮਿੱਤਰ ਆ, ਅਤੇ ਪਿੰਡ ਸਾਂਢਪੁਰਾ ਕੀ ਨਾਂ ਸਰਪੰਚ ਸਾਹਿਬ ਦਾ? ਸਰਦਾਰ ਗੁਰਮੁਖ ਸਿੰਘ। ਗੁਰਮੁਖ ਸਿੰਘ, ਅਤੇ ਆਪਣਾ ਨਾਮ? ਜਸ਼ਨਵੀਰ। ਉਦਣ ਇਹੋ ਟਰੈਕਟਰ ਤੁਸੀਂ ਚਲਾਇਆ, ਮੈਂ ਤਾਂ ਚੜਿਆ ਨਹੀਂ ਉੱਤੇ, ਅਤੇ ਉੱਥੇ ਟਰੈਕਟਰ ਵਜਿਆ ਹੀ ਖੇਤ ਸੀ। ਕਿਹੜੇ ਕਿਹੜੇ ਗੇਅਰ 'ਚ ਵੇਖਿਆ ਚਲਾ ਕੇ ਉੱਦਣ? ਬੰਦ ਹੋ ਜਾਂਦਾ ਸੀ ਨਾ? ਅਤੇ ਆਪਣਾ ਜਿਹੜਾ 55 HP ਦਾ ਐਡੀਸ਼ਨ ਸੀ ਉਹ ਬੰਦ ਹੁੰਦਾ ਸੀ? ਅੱਜ ਇਹ ਵੀ ਨਹੀਂ ਬੰਦ ਹੁੰਦਾ, ਸਲਿਪ ਵਿਖਾਊਗਾ, ਅਤੇ ਇੱਕ ਜਣਾ ਸਾਡੇ ਨਾਲ ਆ ਕੇ ਬਹਿ ਜਾਓ, ਤੁਸੀਂ ਭਾਵੇਂ 2 ਜਣੇ ਬਹਿ ਜਾਓ, ਅਤੇ ਤੁਹਾਨੂੰ RPM ਚੈੱਕ ਕਰਾਉਣੇ, ਅਤੇ ਉੱਤੇ ਵੀ ਚੜਾ ਕੇ ਟਰਾਈ ਦੇਵਾਂਗੇ। ਠੀਕ ਆ ਸਰਪੰਚ ਸਾਹਿਬ ਜੀ, ਥੈਂਕ ਯੂ ਭਾਜੀ। ਜਿਹੜੇ ਜੌਂਡੀਅਰ ਨੂੰ ਜ਼ਿਆਦਾ ਚਲਾਉਂਦੇ ਨਾ, ਉਹ ਮੇਰੇ ਲਾਗੇ ਬਹੁ ਆ ਕੇ, ਕਿਉਂਕਿ ਬੜੇ ਕਮੈਂਟ ਹੁੰਦੇ ਆ ਕਿ ਫੁੱਲ ਰੇਹ ਕਰਤੀ ਆ। ਅੱਜ ਫੋਨ ਵੀ ਤੁਹਾਨੂੰ ਫੜਾਵਾਂਗੇ ਆਪਾਂ।
ਸਤਨਾਮ ਹੈ। ਪਹਿਲਾਂ ਦੂਜਾ ਬੀ ਲਾਉਣ ਲੱਗੇ ਹਾਂ, ਫਿਰ ਸੀ ਵੀ ਲਾਵਾਂਗੇ। ਆਰ ਪੀ ਐਮ ਵਿਖਾ ਲੈਣੇ ਤੁਸੀਂ, ਦੂਜਾ ਬੀ ਫੇਰ ਆ ਜੱਕ ਕੱਢੇ ਹੋਏ ਆ, ਉੱਤੇ ਵੀ ਚੜਾਵਾਂਗੇ ਮੁੜ ਕੇ, ਕਿਉਂਕਿ ਥਾਂ ਸਖਤ ਹੋਣ ਕਰਕੇ ਉਸੇ ਵੇਲੇ ਲਾਂ ਨਹੀਂ ਲੱਗਣੀ ਆ। ਆਰ ਪੀ ਐਮ ਚੈੱਕ ਕਰ ਲਓ, ਹੁਣ 4x4 ਲਾਵਾਂਗੇ। ਬਹੁਤ ਜ਼ਿਆਦਾ ਸਖਤ ਥਾਂ ਵਾ, ਟਟੋਲੀ ਵੇਖ ਸਕਦੇ, ਟਟੋਲੀ ਦਾ ਬੱਚਾ ਵਾ, ਮਾਂ ਨੂੰ ਆਪਣਾ ਪਿਆਰਾ ਇੰਨਾ ਬੱਚਾ ਵਾ। ਆਪਾਂ ਇੱਥੇ 4x4 ਲਾ ਦਿੰਦੇ ਆ ਨਾ, ਜਦੋਂ ਟਰੈਕਟਰ ਚੱਲ ਨਹੀਂ ਪਾਉਂਦਾ, ਵੇਖ ਸਕਦੇ ਪੰਜਾਬ ਕਿੰਨੇ ਤੋੜ ਰਿਹਾ, ਵੀਡੀਓ 'ਚ ਵੇਖ ਸਕਦੇ ਹਾਂ ਆਪਾਂ, ਆਹ ਚੈੱਕ ਕਰੋ। ਕੋਈ ਰੇਸ ਨਹੀਂ ਵੱਧ ਕਰਨੀ ਆਪਾਂ, ਇੰਨੇ ਆਰ ਪੀ ਐਮ 'ਤੇ ਆਹ ਟਰੈਕਟਰ ਜਿਹੜਾ ਆ ਲਓ, ਕੋਈ ਲਿਫਟ ਨਹੀਂ ਚੱਪਣੀ, ਜੈੱਕ ਕੱਢ ਕੇ ਗਾੜੀ ਲਾਏ ਆ, ਲਿਫਟ ਦਾ ਤਾਂ ਮਤਲਬ ਹੀ ਨਹੀਂ ਆ,
ਲਿਫਟ ਦਾ ਕੋਈ ਮਤਲਬ ਨਹੀਂ ਰਿਹਾ ਟਰੈਕਟਰ ਦੇ ਨਾਲ, ਸਿਰਫ 4x4 ਕਰਕੇ ਟਰੈਕਟਰ ਚੱਲਣ ਡਿਆ। ਜੈਕ ਕੱਢੇ ਦੇ ਸੀ ਕੇ ਵੇਨੇ ਚੱਲਦਾ ਕਿ ਨਹੀਂ ਚੱਲਦਾ। ਆ ਲਓ ਦੂਜਾ ਸੀ ਆ, ਸੀ ਗੇਅਰ ਦੇ ਵਿੱਚ ਵੀ ਟਰੈਕਟਰ ਜੈਕ ਕੱਢ ਕੇ ਚੱਲ ਰਿਹਾ ਵਾ। ਆਰਪੀਐਮ ਜਿਹੜੇ ਆ ਵੇਖ ਸਕਦੇ ਤੁਸੀਂ, ਬੀ ਸੀ ਉੱਪਰ ਚੜੋ ਮਾੜਾ ਜਿਹਾ, ਕਰ ਦੋ। ਆ ਲੈ ਹੈਪੀ ਚੜ, ਆਪਾਂ ਚੈੱਕ ਕਰ ਸਕਦੇ ਹਾਂ। ਅਗਰ ਆਪਾਂ 4x4 ਲਾ ਦਾਂਗੇ ਟਰੈਕਟਰ ਨਹੀਂ ਤੁਰੇਗਾ, ਇੰਨਾ ਸਖਤ ਥਾਂ ਵਾ। ਆ ਵੇਖਿਓ ਸਲਿਪਿੰਗ ਵੇਖ ਸਕਦੇ ਹਾਂ ਆਪਾਂ। ਜੇ ਕਈਆਂ ਨੂੰ ਇਹ ਲੱਗਦਾ ਕਿ ਖੇਤ ਜਿਹੜਾ ਵਾ ਹੱਲਾਂ ਨਹੀਂ ਲੱਗ ਰਹੀਆਂ, ਇੱਥੇ 4x4 ਕਰਕੇ ਟਰੈਕਟਰ ਚੱਲ ਰਿਹਾ ਵਾ। ਆ ਲਓ 4x2 ਦੇ ਵਿੱਚ ਟਰੈਕਟਰ ਨਹੀਂ ਚੱਲੇਗਾ, ਇੰਨਾ ਸਖਤ ਖੇਤ ਆ। ਇੱਥੋਂ ਵੇਖ ਸਕਦੇ ਹਾਂ ਪਾਲ, ਹੜ ਗਿਆ ਜੱਟ ਗਾੜੀ ਟੰਗੇ ਆ, ਪੈਰਾਂ 'ਚੋਂ ਆਵਾਜ਼ਾਂ ਆ ਰਹੀਆਂ ਵਾ। ਕੋਈ ਆ
ਫਿਰ ਚੈੱਕ ਕਰ ਸਕਦੇ ਤੁਸੀਂ। ਆ ਲਓ ਨਹੀਂ ਹੋ ਰਿਹਾ, ਆਰ ਪੀ ਐਮ ਨਹੀਂ ਤੋੜਿਆ ਟਰੈਕਟਰ, ਇੱਥੋਂ ਹੀ ਬਿਨਾਂ ਚੱਕਾਂ ਤੋਂ ਟਰੈਕਟਰ ਜਿਹੜਾ ਤੁਰਦਾ ਵਾ।
ਬੈਕ 1 ਡੀ ਚੱਲ ਠੀਕ ਆ, ਪਰੇ ਕਰ ਲਾ ਵਾਨੜੀ ਟਾਇਰਾਂ ਦੇ ਸਲਿਪਿੰਗ ਦੇ ਸਕਦੇ ਹਨ ਠੀਕ ਹੈ ਸਰਪੰਚ ਸਾਹਿਬ, ਗਰਮ ਵੀ ਵਿਖਾਲਦੇ ਆ ਜੋ, ਬਿਲਕੁਲ ਨੋਰਮਲ ਟੈਂਪਰੇਚਰ ਆ, ਇੰਨਾ ਕੁੱਟ ਕੇ ਵਾਹੁਣਾ ਨਹੀਂ ਹੁੰਦਾ ਟਰੈਕਟਰ ਜਿੰਨਾ ਹੀ ਵਾਹਿਆ ਵਾ, ਪਰ ਉਹਦੇ ਬਾਵਜੂਦ ਵੀ ਟਰੈਕਟਰ ਬਿਲਕੁਲ ਨੋਰਮਲ ਆ। ਦੁਪਹਿਰ ਪੂਰੀ ਆ, ਕਹਿ ਸਕਦੇ ਹਾਂ 2:15 ਦਾ ਟਾਈਮ ਆ, ਤਰੀਕ ਅੱਜ 22 ਆ, 6ਵਾਂ ਮਹੀਨਾ ਵਾ, ਠੀਕ ਆ ਜੀ। ਹੁਣ ਸਰਪੰਚ ਸਾਹਿਬ ਇਹ ਦੱਸੋ ਵੀ ਪਹਿਲਾ ਡੀ ਇਹਦਾ ਕਦੀ ਲਾਇਆ ਅੱਜ ਤੱਕ ਤੁਸੀਂ? ਨਾ, ਅੱਜ ਪਹਿਲੇ ਡੀ 'ਚ ਸਲਿੱਪ ਮਾਰਿਆ ਨਾਲ ਹੀ। ਹਾਂਜੀ, ਅਜੇ ਖੇਤ ਵੀ ਸਖਤ ਆ, ਜੇ ਜੈਕ ਵੀ ਕੱਢੇ ਹੋਏ ਆ, ਅਗਰ ਜੈਕ ਲੱਗੇ ਹੋਣ ਤੇ ਤੀਜੇ ਸੀਜ ਵੀ ਚੱਲੂ ਟਰੈਕਟਰ। ਠੀਕ ਆ ਸਰਪੰਚ ਸਾਹਿਬ, ਬਹੁਤ ਬਹੁਤ ਥੈਂਕ ਯੂ ਤੁਹਾਡਾ, ਮਿਹਰਬਾਨੀ। ਕਰੋ ਪੁੱਤ ਇਕੱਠੀਆਂ। ਇਹਨਾਂ ਡੱਬਿਆਂ ਦੇ ਵਿੱਚ ਜਾਂਦਾ ਹੈ।
Yeah.